ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਪ੍ਰੀਤ ਕੌਰ, ਨਿਊਜ਼ ਟੀਵੀ 84 ਦੇ ਨਾਲ। ਵਿਅਰਸ, ਸਾਲ 2014 ਸਮਾਪਤੀ ਵੱਲ ਵੱਧ ਰਿਹਾ ਹੈ ਅਤੇ ਵਰ੍ਹਾਂ 2015 ਨੂੰ ਖੁਸ਼ਾਮਦੀ ਕਹਿਣ ਦੀਆਂ ਤਿਆਰੀਆਂ ਹੋ ਰਹੀਆਂ ਹਨ। ਭਾਰਤ ਦੀ ਸਿਆਸਤ ਦੇ ਵਿੱਚ ਇਸ ਸਾਲ ਅੰਦਰ ਪਾਰਲੀਮੈਂਟ ਦੀਆਂ ਚੋਣਾਂ ਵਿੱਚ ਹਿੰਦੂਤਵੀ ਪਾਰਟੀ BJP ਦੀ ਜਿੱਤ ਨੇ ਹਿੰਦੂ ਮੂਲਵਾਦੀਆਂ ਨੂੰ ਬਹੁਤ ਪੁਤਰਾ ਦਿੱਤਾ ਹੈ। ਸਿੱਖਾਂ, ਮੁਸਲਮਾਨਾਂ, ਈਸਾਈਆਂ, ਘੱਟ ਗਿਣਤੀਆਂ ਨੂੰ ਸਿੱਧੇ ਸਿੱਧੇ ਵੰਗਾਰਦਿਆਂ RSS ਵੱਲੋਂ ਉਹਨਾਂ ਨੂੰ ਹਿੰਦੂ ਦੱਸਿਆ ਜਾ ਰਿਹਾ ਹੈ। ਘਰ ਵਾਪਸੀ ਦੇ ਨਾਮ 'ਤੇ ਜ਼ਬਰੀ ਧਰਮ ਪਰਿਵਰਤਨ ਕੀਤਾ ਜਾ ਰਿਹਾ ਹੈ। ਪੰਜਾਬ ਦੇ ਵਿੱਚ RSS ਨੇ 200 ਤੋਂ ਜ਼ਿਆਦਾ ਨਵੀਆਂ ਸ਼ਾਖਾਵਾਂ ਖੋਲ੍ਹਣ ਦਾ ਐਲਾਨ ਕੀਤਾ ਹੈ। ਬਾਦਲ ਅਕਾਲੀ ਦਲ ਨੂੰ ਵੀ ਅੱਖਾਂ ਦਿਖਾਈਆਂ ਜਾ ਰਹੀਆਂ ਹਨ। RSS ਨੂੰ ਖੁਸ਼ ਕਰਨ ਲਈ ਬਾਦਲ ਦਲ ਨੇ ਨਾਨਕ ਸ਼ਾਹੀ ਕੈਲੰਡਰ ਨੂੰ ਹਿੰਦੂ ਕੈਲੰਡਰ ਵਿੱਚ ਬਦਲਣ ਦਾ ਲਗਭਗ ਫੈਸਲਾ ਕਰ ਲਿਆ ਹੈ। ਭਾਈ ਗੁਰਬਖਸ਼ ਸਿੰਘ ਜੀ ਦਾ ਲੰਬੇ ਸਮੇਂ ਤੋਂ ਜੇਲ੍ਹਾਂ ਦੇ ਵਿੱਚ ਬੰਦ ਕੈਦੀਆਂ ਦੀ ਰਿਹਾਈ ਲਈ ਵਰਤ 47ਵੇਂ ਦਿਨ ਦੇ ਵਿੱਚ ਸ਼ਾਮਿਲ ਹੋ ਗਿਆ ਹੈ, ਪਰ ਇਸ ਸੰਬੰਧੀ ਸਰਕਾਰ ਵੱਲੋਂ ਕੋਈ ਕਾਰਵਾਈ ਨਹੀਂ ਹੋ ਰਹੀ। ਸਿੱਖਾਂ ਦੇ ਵਿੱਚ ਇਸ ਸੰਬੰਧੀ ਨਿਰਾਸ਼ਤਾ ਵੱਧ ਰਹੀ ਹੈ ਅਤੇ ਥਾਂ ਥਾਂ ਪ੍ਰੋਟੈਸਟ ਅਤੇ ਭੁੱਖ ਹੜਤਾਲ ਸ਼ੁਰੂ ਹੈ। ਅਮੈਰੀਕਨ ਪ੍ਰੈਜ਼ੀਡੈਂਟ ਓਬਾਮਾ ਦੇ 26 ਜਨਵਰੀ ਨੂੰ ਦਿੱਲੀ ਫੈਰੀ ਨੂੰ ਲੈ ਕੇ ਸਿੱਖਸ ਫੋਰ ਜਸਟਿਸ ਵੱਲੋਂ ਸਿੱਖ ਕੌਮ ਦੇ ਬਿਹਾਫ 'ਤੇ ਕੀਤੀ ਗਈ ਪਟੀਸ਼ਨ 1,20,000 ਦਾ ਅੰਕੜਾ ਪਾਰ ਕਰ ਗਈ ਹੈ। TV84 ਨੇ ਆਪਣੇ 2 ਸਾਲ ਦੇ ਸਫ਼ਰ ਦੇ ਵਿੱਚ ਪੇਸ਼ਕਦਮੀ ਕਰਦਿਆਂ ਕੈਨੇਡਾ ਦੇ ਬੈਲ 5 ਨੈਟਵਰਕ ਤੋਂ ਬ੍ਰੋਡਕਾਸਟ ਕਰਨਾ ਸ਼ੁਰੂ ਕਰ ਦਿੱਤਾ ਹੈ। ਵਿਅਰਸ, ਅੱਜ ਅਸੀਂ ਇਸ ਸੰਬੰਧੀ 2 ਸ਼ਖਸੀਅਤਾਂ ਨਾਲ ਇਹਨਾਂ ਮੁੱਦਿਆਂ ਦੇ ਉੱਪਰ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਗੱਲਬਾਤ ਕਰਦੇ ਹਾਂ ਦਲ ਖਾਲਸਾ ਜਥੇਬੰਦੀ ਦੇ ਜਨਰਲ ਸਕੱਤਰ ਸਰਦਾਰ ਸਰਬਜੀਤ ਸਿੰਘ ਕਮਾਨ ਜੀ ਨਾਲ, ਜਿਹੜੇ ਕਿ ਇਸ ਵੇਲੇ ਸਾਡੇ ਨਾਲ ਫੋਨ ਲਾਈਨ 'ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਜੀ ਵੀਰ ਜੀ, ਜਿਸ ਤਰ੍ਹਾਂ ਅਸੀਂ ਆਪਣੀ ਇੰਟਰੋਡਕਸ਼ਨ 'ਚ ਗੱਲ ਕੀਤੀ ਕਿ ਇਸ ਤਰ੍ਹਾਂ 2014 ਖਤਮ ਹੋ ਰਿਹਾ ਅਤੇ 2015 ਦਾ ਵਰ੍ਹਾ ਅੱਗੇ ਖੜਾ ਹੈ, ਤੁਸੀਂ ਇਸ ਸੰਬੰਧੀ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਨਵੇਂ ਵਰ੍ਹੇ ਦੀ ਜਿਹੜਾ ਕਿ ਇਸੀ ਸੰਨ ਦੇ ਨਾਲ ਨਵਾਂ ਵਰ੍ਹਾ ਆਮ ਹੋ ਰਹੀ ਹੈ ਜੀ, ਉਹਦੇ ਲਈ ਮੈਂ ਸਮੁੱਚੇ ਸੰਸਾਰ ਨੂੰ, ਹਰ ਲੋਕ, ਹਰ ਬੰਦਾ ਖੁਸ਼ੀ ਬਸੇ, ਸੁੱਖ ਬਸੇ, ਸਰਬੱਤ ਦਾ ਭਲਾ ਹੋਵੇ ਔਰ ਜੋ ਮਨੁੱਖਤਾ ਦਾ ਕਲਿਆਣਕਾਰੀ ਸਿਧਾਂਤ ਵਾ ਉਹ ਹਰ ਮਨੁੱਖ ਤੱਕ ਪਹੁੰਚੇ, ਇਹੀ ਦੁਆ ਕਰਦਾ। ਜੀ ਜੀ ਵੀਰ ਜੀ, ਤੇ ਵੀਰ ਜੀ, ਅਸੀਂ ਜਿਹੜੇ ਵੱਖ ਵੱਖ ਮੁੱਦਿਆਂ ਦੇ ਉੱਪਰ ਤੁਹਾਡੇ ਨਾਲ ਗੱਲਬਾਤ ਕਰਨਾ ਚਾਹਾਂਗੇ, ਪਰ ਸਭ ਤੋਂ ਪਹਿਲਾਂ ਜਿਸ ਤਰ੍ਹਾਂ 1 ਜਨਵਰੀ ਤੁਸੀਂ ਅੰਮ੍ਰਿਤਸਰ ਦੇ ਵਿੱਚ ਤੁਹਾਡੀ ਜਥੇਬੰਦੀ ਵੱਲੋਂ ਤੁਹਾਡੀ ਜਥੇਬੰਦੀ ਵੱਲੋਂ ਜਿਹੜਾ ਪ੍ਰੋਟੈਸਟ ਰੱਖਿਆ ਗਿਆ ਹੈ, ਅਸੀਂ ਚਾਹਾਂਗੇ ਇਸ ਸੰਬੰਧਿਤ ਸਾਡੇ ਦਰਸ਼ਕਾਂ ਨੂੰ ਪੂਰੇ ਵੇਰਵੇ ਦੇ ਨਾਲ ਜਾਣਕਾਰੀ ਦਿਓ। ਦੇਖੋ, ਇਹ ਗੱਲ ਹਰ ਸਿੱਖ ਦੁਨੀਆ ਭਰ ਜਿੱਥੇ ਬੈਠਾ ਉਹ ਮਹਿਸੂਸ ਕਰਦਾ ਕਿ ਜਿਹੜੀ ਸਿੱਖ ਆਇਡੈਂਟੀਟੀ ਹੈ ਉਹ ਇਸ ਟਾਈਮ ਕ੍ਰਾਈਸਿਸ ਦੇ ਦੌਰ ਵਿੱਚ ਸਿੱਖਾਂ ਦਾ ਸਰੂਪ, ਸਿੱਖਾਂ ਦਾ ਸਿਧਾਂਤ, ਸਿੱਖ ਵਿਚਾਰਧਾਰਾ, ਇਹਨੂੰ ਟਾਰਗੇਟ ਕਰਕੇ ਇੱਕ ਇੰਡੀਅਨ ਜਿਹੜਾ ਨਿਜ਼ਾਮ ਆ, ਇੰਡੀਅਨ ਹਕੂਮਤ ਆ ਜਿਹੜੀ, ਉਹਦੇ ਵੱਲੋਂ ਬੜੀ ਵੈਲ ਪਲੈਨਡ ਜਿਹੜੀ ਹੈਗੀ ਆ, ਯੋਜਨਾਬੰਦੀ ਕੀਤੀ ਹੋਈ ਆ ਔਰ ਸਾਡੀ ਸਾਈਕੀ ਨੂੰ, ਸਾਡੀ ਫਿਜ਼ੀਕਲ ਦਿੱਖ ਨੂੰ, ਸਾਡੀ ਹਰ ਚੀਜ਼ ਨੂੰ ਉਹ ਆਪਦੇ ਤਰੀਕੇ ਨਾਲ ਢਾਲਣ ਦੇ ਲਈ ਜਿਹੜੀਆਂ ਅੱਜ ਦੀਆਂ ਅਤਿਆਧੁਨਿਕ ਟੈਕਨੀਕਸ ਮਿਲੀਆਂ ਉਹਨੂੰ ਵਰਤਿਆ ਜਾ ਰਿਹਾ। ਤੇ ਜਦੋਂ ਕੋਈ ਕੌਮ ਕਿਸੇ ਇਹੋ ਜਿਹੇ ਹਾਲਾਤ ਵਿੱਚ ਹੋਵੇ ਜਿਵੇਂ ਦੇ ਅਸੀਂ ਹਾਂ, ਗੁਲਾਮ ਅਵਸਥਾ ਵਿੱਚ ਹੋਈਏ, ਤਾਂ ਉਦੋਂ ਸਾਨੂੰ ਕਈ ਪੱਖਾਂ ਤੋਂ ਲੜਾਈ ਲੜਨੀ ਪੈਂਦੀ ਹੈ। ਤੇ ਇੱਕ ਤਰੀਕਾ ਇਹ ਵੀ ਹੈਗਾ ਕਿ ਅਸੀਂ ਜਦੋਂ ਰੋਸ ਦਾ ਪ੍ਰਗਟਾਵਾ ਕਰਦੇ ਹਾਂ, ਜਦੋਂ ਸਾਰੇ ਸੰਸਾਰ ਦੇ ਵਿੱਚ ਈਸਵੀ ਕੈਲੰਡਰ ਦੇ ਹਿਸਾਬ ਦੇ ਨਾਲ ਨਵੇਂ ਸਾਲ ਦੀ ਆਮਦ ਦੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਹੋਣਗੀਆਂ, ਉਸ ਟਾਈਮ ਅਸੀਂ ਅੰਮ੍ਰਿਤਸਰ ਦੇ ਵਿੱਚ ਜਿਹੜਾ ਸਿੱਖਾਂ ਦਾ ਸਭ ਤੋਂ ਅਹਿਮ ਇੱਕ ਕੇਂਦਰ ਹੈਗਾ, ਉਹ ਥਾਂ ਦੇ ਉੱਤੇ ਜਿਹੜਾ ਹੈਗਾ ਪ੍ਰੋਟੈਸਟ ਕਰਕੇ, ਰੋਸ ਕਰਕੇ ਅਸੀਂ ਦੁਨੀਆਂ ਨੂੰ ਇਹ ਦੱਸਣਾ ਚਾਹਾਂਗੇ ਕਿ ਸਾਡੇ ਨਾਲ ਇੱਥੇ ਪਰਸੀਕਿਊਸ਼ਨ ਹੋ ਰਹੀ ਹੈ, ਸਾਡੇ ਵੱਲ ਧਿਆਨ ਦਿੱਤਾ ਜਾਵੇ, ਸਾਡੀ ਹੋਂਦ ਹਸਤੀ, ਸਾਡਾ ਸਿਧਾਂਤ, ਸਾਡੀ ਵਿਚਾਰਧਾਰਾ ਜਿਹੜੀ ਆ ਉਹ ਥ੍ਰੈਟ ਅੰਡਰ ਹੈਗੀ ਹੈ। ਸੋ ਇਸ ਤਰੀਕੇ ਨਾਲ ਅਸੀਂ ਇੱਥੇ ਅਵੇਅਰਨੈਸ ਵੀ ਕ੍ਰੀਏਟ ਕਰਨੀ ਹੈ ਔਰ ਅਸੀਂ ਆਪਣੇ ਆਪ ਨੂੰ ਇਸ ਗੱਲ ਲਈ ਅਹਿਦ ਕਰਨਾ ਕਿ ਅਸੀਂ ਆਪਣੀ ਹੋਂਦ ਹਸਤੀ ਕਾਇਮ ਰੱਖਣ ਲਈ ਜਿਹੜੀ ਹੈਗੀ ਆ ਸੰਘਰਸ਼ ਉਹ ਜਾਰੀ ਰੱਖਾਂਗੇ। ਜੀ ਬਿਲਕੁਲ ਬਿਲਕੁਲ ਵੀਰ ਜੀ, ਤੇ ਵੀਰ ਜੀ, ਹੁਣ ਜਿਸ ਤਰ੍ਹਾਂ ਅਸੀਂ ਨਾਨਕ ਸ਼ਾਹੀ ਕੈਲੰਡਰ ਬਾਰੇ ਵੀ ਤੁਹਾਡੇ ਨਾਲ ਗੱਲਬਾਤ ਕਰਨਾ ਚਾਹਾਂਗੇ, ਜਿਸ ਤਰ੍ਹਾਂ ਸੰਤ ਸਮਾਜ ਰੀਸੈਂਟਲੀ ਜਥੇ ਦਾ ਅਕਾਲ ਤਖ਼ਤ ਸਾਹਿਬ ਨੂੰ ਮਿਲੇ ਨੇ ਰਿਗਾਰਡਿੰਗ ਨਾਨਕ ਸ਼ਾਹੀ ਕੈਲੰਡਰ ਕਿ ਇਸ ਨੂੰ ਬਦਲਿਆ ਜਾਵੇ, ਮੁੜ ਕੇ ਵਾਪਿਸ ਹਿੰਦੂ ਕੈਲੰਡਰ ਲਾਗੂ ਕੀਤਾ ਜਾਵੇ, ਇਸ ਬਾਰੇ ਤੁਸੀਂ ਸਾਰੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਦੇਖੋ, ਇਹ ਜਿਹੜਾ ਵੈਸੇ ਤਾਂ ਇਹ ਨਾਨਕ ਕੈਲੰਡਰ ਦੇ ਉੱਤੇ ਇੱਕ ਬੜਾ ਆਪਣੇ ਆਪ ਦੇ ਵਿੱਚ ਹੀ ਕੰਪਲੀਟ ਸਾਡੀ ਗੱਲਬਾਤ ਹੋਣੀ ਚਾਹੀਦੀ ਆ, ਪਰ ਜਿਹੜੀ ਮੈਂ ਦੋ ਵਾਰ ਕੀ ਗੱਲ ਨਿਬੇੜਾਂ ਤਾਂ ਇਹ ਹੈ ਕਿ ਇੱਕ ਸਿੱਖ ਸਮਾਜ ਆ ਸਾਡਾ, ਸਿੱਖ ਸਮਾਜ, ਸਾਡਾ ਸਾਰਾ ਸਿੱਖ ਸਮਾਜ ਜਿਹੜਾ ਹੈਗਾ ਉਹ ਇਸ ਗੱਲ ਤੇ ਬਜਿੱਦ ਆ ਔਰ ਇਹ ਗੱਲ ਬਿਲਕੁਲ ਜਾਇਜ਼ ਆ
ਹਾਂ ਜੀ ਜਿਵੇਂ ਹਰ ਕੌਮ ਦਾ ਹਰ ਘਰ ਦਾ ਆਪੋ ਆਪਣਾ ਕੈਲੰਡਰ ਹੈਗਾ, ਸਾਡਾ ਵੀ ਹੋਣਾ ਚਾਹੀਦਾ। ਬਿਲਕੁਲ। ਤੇ ਇੱਕ ਇਹ ਲੋਕ ਨੇ ਜਿਹੜੇ ਸੰਤ ਸਮਾਜਕ ਹੁੰਦੇ ਆ, ਇਹ ਉਹਨਾਂ ਹੀ ਮਹਾਨਤਾ ਦੇ ਵਾਰਸ ਨੇ ਜਿਨ੍ਹਾਂ ਤੋਂ ਗੁਰਧਾਮ ਆਜ਼ਾਦ ਕਰਾ ਕੇ ਅਕਾਲੀ ਲਹਿਰ ਨੇ, ਗੁਰਦੁਆਰਾ ਸਤਾਰ ਲਹਿਰ ਨੇ ਇਹਨਾਂ ਨੂੰ ਪਾਸੇ ਕੀਤਾ ਸੀ। ਔਰ ਸ਼੍ਰੋਮਣੀ ਕਮੇਟੀ ਵਰਗੀ ਸਾਡੀ ਅਹਿਮ ਸੰਸਥਾ ਜਿਹੜੀ ਆ ਹੋਂਦ ਵਿੱਚ ਆਈ ਸੀ। ਸ਼੍ਰੋਮਣੀ ਕਮੇਟੀ ਦਾ ਕੰਮ ਜਿਹੜਾ ਸੀਗਾ ਉਹ ਮਹੰਤਵਾਦੀਆਂ ਦੀਆਂ ਜਿਹੜੀਆਂ ਹਿੰਦੂਵਾਦੀ ਰੁਚੀਆਂ ਨੇਗੀਆਂ ਇਹਨਾਂ ਤੋਂ ਪੰਥ ਨੂੰ ਬਚਾਉਣਾ ਸੀ, ਸਿੱਖ ਵਿਚਾਰਧਾਰਾ ਦਾ ਝੰਡਾ ਬੁਲੰਦ ਕਰਨਾ ਸੀ। ਪਰ ਅੱਜ ਜਿਹੜੇ ਅੱਜ ਦੇ ਦੌਰ ਵਿੱਚ ਸ਼੍ਰੋਮਣੀ ਕਮੇਟੀ ਉੱਤੇ ਜਾਂ ਅਕਾਲੀ ਦਲ ਦੇ ਉੱਤੇ ਜਿਹੜੇ ਲੋਕ ਕਾਬਜ ਹੋ ਚੁੱਕੇ ਨੇ ਉਹ ਆਪਣੇ ਸਵਾਰਥਾਂ ਦੇ ਲਈ ਉਹਨਾਂ ਹੀ ਮਹੰਤਵਾਦੀ ਰੁਚੀਆਂ ਨੂੰ ਇੱਥੇ ਫਿਰ ਥਾਂ ਦੇਣ ਲੱਗੇ ਹੋਏ ਨੇ ਜਿਹਨਾਂ ਤੋਂ ਖਹਿੜਾ ਛੜਾ ਕੇ ਆਪਾਂ ਸ਼੍ਰੋਮਣੀ ਕਮੇਟੀ ਸਿਰਜੀ ਸੀ। ਤੇ ਇਸ ਤਰੀਕੇ ਨਾਲ ਉਹ ਫਿਰ ਹਿੰਦੂਵਾਦੀ ਜਿਹੜੀਆਂ ਰੀਤਾਂ ਨੇਗੀਆਂ ਵਿਰੋਧ ਕਰ ਰਹੇ ਨੇ, ਜਿਹੜੇ ਸਿੱਧਮ ਸਿੱਧੇ ਕਹਿੰਦੇ ਨੇ ਕਿ ਸਾਨੂੰ ਤਾਂ ਜੀ ਇਹ ਕੈਲੰਡਰ ਮਨਜ਼ੂਰ ਹੀ ਨੀਗਾ ਜੀ, ਅਸੀਂ ਤਾਂ ਹਿੰਦੂਵਾਦੀ ਬ੍ਰਾਹਮਣਵਾਦੀ ਬਿਕਰਮੀ ਕੈਲੰਡਰ ਜਿਹੜਾ ਹੈ ਉਹ ਲੈ ਕੇ ਆਉਣਾ। ਅਸੀਂ ਜਦੋਂ ਇਹ ਸਵਾਲ ਪੁੱਛਦੇ ਹਾਂ ਇਸ ਜਿਹੜੀ ਇੰਟਰਵਿਊ ਨੂੰ ਸੁਣ ਰਿਹਾ ਵੀਰ ਉਹਨਾਂ ਨੂੰ ਵੀ ਇਹ ਆਪਣੇ ਘਰਾਂ ਦੇ ਵਿੱਚ ਇਹ ਗੱਲ ਡਿਸਕਸ ਕਰਨੀ ਚਾਹੀਦੀ ਹੈ ਕਿ ਕੀ ਗਾ ਜਿਹੜਾ ਪੁਰੇਵਾਲ ਵਾਲਾ ਕੈਲੰਡਰ ਹੈ ਜਿਹੜਾ ਇਸ ਟਾਈਮ ਲਾਗੂ ਆ, ਨਾਨਕਸ਼ਾਹੀ ਕੈਲੰਡਰ ਜਿਹਨੂੰ ਅਸੀਂ ਕਹਿੰਦੇ ਹਾਂ, ਜੇ ਇਹਦੇ ਵਿੱਚ ਕੋਈ ਕਮੀਆਂ ਨੇ ਸਾਰਾ ਹੀ ਮੰਨ ਲੈਂਦੇ ਹਾਂ ਗੱਲ ਤਾਂ ਚਲੋ ਇਹ ਵੀ ਮੰਨ ਲੈਂਦਾ ਕਿ ਸਾਰੇ ਚ ਕਮੀਆਂ, ਪਰ ਸਿੱਖਾਂ ਨੂੰ ਇੱਕ ਆਪਣਾ ਕੈਲੰਡਰ ਚਾਹੀਦਾ ਜਿਹੜਾ ਬਾਕੀ ਸਾਰੇ ਲੋਕਾਂ ਧਰਮਾਂ ਕੌਮਾਂ ਤੋਂ ਖਾਸ ਤੌਰ ਤੇ ਹਿੰਦੂ ਦੇ ਪ੍ਰਭਾਵ ਤੋਂ ਪੂਰੀ ਤਰ੍ਹਾਂ ਮੁਕਤ ਹੋਵੇ। ਸਾਨੂੰ ਉਸ ਕੈਲੰਡਰ ਦੀ ਕੌਮ ਨੂੰ ਲੋੜ ਆ, ਉਸ ਕੌਮ ਦੀ ਇਹ ਕੌਮ ਦੀ ਜਿਹੜੀ ਇਹ ਲੋੜ ਆ ਇਹਨੂੰ ਪੂਰਾ ਕਰਨ ਦੇ ਲਈ ਸਾਨੂੰ ਇੱਕ ਆਪਣਾ ਵੱਖਰਾ ਨਾਨਕਸ਼ਾਹੀ ਕੈਲੰਡਰ ਚਾਹੀਦਾ ਹੀ ਚਾਹੀਦਾ ਹੈ। ਸ਼ੱਕ ਦੀ ਉਹ ਜਿਹੜਾ ਕੈਲੰਡਰ ਵਾ ਅਸੀਂ ਜਿਹੜਾ ਹੈਗਾ ਇਸ ਪਹਿਲੋਂ ਵਾਲਾ ਪੁਰੇਵਾਲ ਵਾਲਾ ਕੈਲੰਡਰ ਵਾ ਜਾਂ ਕਈ ਹੋਰ ਵੀਰਾਂ ਨੇ ਵੀ ਕੈਲੰਡਰ ਬਾਰੇ ਵਿਚਾਰ ਪੇਸ਼ ਕੀਤੇ ਆ, ਉਹ ਇੱਕ ਨਵਾਂ ਕੈਲੰਡਰ ਨਵੀਂ ਟੀਮ ਬਣਾ ਕੇ ਤਿਆਰ ਕਰ ਲੈਂਦੇ ਆ। ਪਰ ਜਿਹੜੇ ਸੰਤ ਸਮਾਜੀ ਨੇ ਤਾਂ ਕਹਿੰਦੇ ਆ ਅਸੀਂ ਤਾਂ ਹਿੰਦੂ ਵਾਲਾ ਜਿਹੜਾ ਬਿਕਰਮੀ ਕੈਲੰਡਰ ਆ ਉਹੀ ਕੌਮ ਦੇ ਸਿਰ ਥੋਪਣਾ, ਔਰ ਜਿਹੜੀ ਅਕਾਲੀ ਪਾਰਟੀ ਆ ਬਾਦਲ ਦੀ ਅਗਵਾਈ ਹੇਠ ਇਹਨਾਂ ਨੇ ਅਕਾਲ ਤਖ਼ਤ ਰਾਹੀਂ ਸ਼੍ਰੋਮਣੀ ਕਮੇਟੀ ਰਾਹੀਂ ਇੱਕ ਮਾਹੌਲ ਸਿਰਜ ਲਿਆ ਹੈਗਾ ਤੇ ਜਦੋਂ ਤਾਂ ਸੰਤ ਸਮਾਜੀ ਬਾਬੇ ਆਏ ਉਦੋਂ ਤਾਂ ਬੜਾ ਪ੍ਰਭਾਵ ਦੇਣ ਦਾ ਯਤਨ ਕੀਤਾ ਮੀਡੀਆ ਦੇ ਵਿੱਚ ਵੀ ਕਿ ਲਓ ਜੀ ਇਹ ਤਾਂ ਸਾਰਾ ਸਿੱਖ ਸਮਾਜ ਹੀ ਹਿੰਦੂਵਾਦੀ ਕੈਲੰਡਰ ਦੇ ਹੱਕ ਚ ਹੋ ਗਿਆ। ਤੇ ਅੱਜ ਜਦੋਂ ਖਾਲਸਾ ਪੰਥ ਦੇ ਜਾਗੇ ਹੋਏ ਹਿੱਸਿਆਂ ਨੇ ਰੱਖਿਆ ਕਿ ਅਸੀਂ 1 ਤਰੀਕ ਨੂੰ ਉੱਥੇ ਇਕੱਠ ਕਰਾਂਗੇ ਔਰ ਅਕਾਲ ਤਖ਼ਤ ਦੇ ਜਥੇਦਾਰ ਨੂੰ ਮਿਲ ਕੇ ਇਹ ਗੱਲ ਦੇ ਸਾਹਮਣੇ ਲਿਆਵਾਂਗੇ ਕਿ ਸਿੱਖ ਸਮਾਜ ਦਾ ਇਸ ਜਿਹੜਾ ਨਾਨਕਸ਼ਾਹੀ ਕੈਲੰਡਰ ਆ ਉਹਦੇ ਹੱਕ ਚ। ਅੱਜ ਦੇ ਅਖਬਾਰਾਂ ਵਿੱਚ ਇਹ ਗੱਲ ਜਿਹੜੀ ਆ ਚਰਚਾ ਚ ਆਈ ਹੋਈ ਆ ਤੇ ਜਥੇਦਾਰ ਸਾਹਿਬ ਬੜੇ ਚਿੜੇ ਹੋਏ ਨੇ ਕਿ ਇੱਥੇ ਜੀ ਐਂ ਕਾਹਤੋਂ ਆਉਂਦੇ ਆ ਜੀ, ਇੱਥੇ ਇਕੱਠ ਕਰਨ ਦੀ ਲੋੜ ਨੀ ਜੀ, ਇੰਜ ਨਾ ਆਓ ਜੀ ਉਂਜ ਨਾ ਆਓ, ਕਿਉਂਕਿ ਉਹਨਾਂ ਨੂੰ ਪਤਾ ਹੈਗਾ ਕਿ ਮੈਂ ਸੰਗਤ ਦੇ ਸਵਾਲਾਂ ਦਾ ਜਵਾਬ ਦੇਣ ਜੋਗਾ ਨਹੀਂ ਹੈ। ਬਿਲਕੁਲ ਜੀ ਜੀ, ਉਹ ਨਾਨਕਸ਼ਾਹੀ ਕੈਲੰਡਰ ਦੀ ਸਾਨੂੰ ਲੋੜ ਹੈ। ਹਾਂਜੀ, ਔਰ ਨਾਨਕਸ਼ਾਹੀ ਕੈਲੰਡਰ ਤੱਕ ਦੀ ਨਵਾਂ ਬਣ ਕੇ ਸਾਡੇ ਸਾਹਮਣੇ ਆ ਜਾਵੇ ਜੇਕਰ ਇਹਨੂੰ ਕੋਈ ਗਲਤ ਨਹੀਂ ਸਮਝਦਾ। ਸਿੱਖਾਂ ਨੂੰ ਆਪਣੇ ਕੈਲੰਡਰ ਦੀ ਲੋੜ ਆ ਜਿਹੜੀ ਉਹਦੇ ਲਈ ਸਾਨੂੰ ਜਿਹੜਾ ਹੈਗਾ ਅੱਜ ਦੇ ਸਮੇਂ ਵਿੱਚ ਅਸੀਂ ਇਹ ਕਹਿੰਦੇ ਹਾਂ ਕਿ ਸਮੁੱਚੇ ਪੰਥ ਨੂੰ ਉੱਧਰ ਧਿਆਨ ਦੇਣ ਦੀ ਲੋੜ ਆ। ਬਿਲਕੁਲ, ਇਹ ਜਿਹੜਾ ਹਿੰਦੂਵਾਦੀ ਬਿਕਰਮੀ ਕੈਲੰਡਰ ਵਾ ਇਹਨੂੰ ਪੰਥ ਹੁਣ ਮਨਜ਼ੂਰ ਨਹੀਂ ਕਰੇਗਾ, ਇਹ ਗੱਲ ਬਿਲਕੁਲ ਅਹਿਮ ਆ। ਪਰ ਨਾਲ ਦੀ ਨਾਲ ਮੈਂ ਇਹ ਵੀ ਗੱਲ ਕਹਿਣੀ ਚਾਹਾਂ ਕਿ ਕਈ ਵੀਰਾਂ ਨੂੰ ਲੱਗਦਾ ਕਿ ਚਲੋ ਜੀ ਜਦੋਂ ਉਹਨਾਂ ਕਲੇਸ਼ ਜਿਹਾ ਪੈ ਜਾਵੇ ਕਿਸੇ ਗੱਲ ਤੇ, ਸਾਡੇ ਭਾਈਚਾਰੇ ਚ ਕੁਛ ਬਾਹਲੇ ਸਿਆਣੇ ਬੰਦੇ ਵੀ ਸਾਹਮਣੇ ਆ ਕੇ ਲੱਗ ਜਾਂਦੇ ਆ ਗੱਲਾਂ ਕਰਨ, ਕਹਿੰਦੇ ਚਲੋ ਛੱਡੋ ਜੀ ਆਪਾਂ ਕੀ ਪਹਿਲੋਂ ਵੀ ਚੱਲਦਾ ਸੀਗਾ ਜੀ ਇਹ ਬਿਕਰਮੀ ਲੱਗਾ ਰਹਿਣ। ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਗੱਲ ਕੱਲੀ ਇਸ ਕੈਲੰਡਰ ਦੀ ਨਹੀਂ ਹੈਗੀ, ਸੰਤ ਸਮਾਜੀ ਬਾਬਿਆਂ ਨੇ ਇਸ ਤੋਂ ਵੱਧ ਸਿੱਖ ਰਹਿਤ ਮਰਿਆਦਾ ਅਮਰ ਦੀਆਂ ਬਾਣੀਆਂ ਸਾਰੇ ਕਥਨ ਨੂੰ ਏਜੰਡੇ ਚ ਰੱਖਿਆ ਹੋਇਆ, ਆਪਣਾ ਮੋਰੈਂਡਮ ਉਹ ਦੇ ਚੁੱਕੇ ਨੇ। ਇਸ ਤੋਂ ਬਾਅਦ ਵਿੱਚ ਸਮੁੱਚੀ ਸਿੱਖ ਵਿਚਾਰਧਾਰਾ ਦਾ ਹਿੰਦੂਕਰਨ ਕਰਨਾ, ਗੁਰਬਾਣੀ ਦੀ ਬ੍ਰਾਹਮਣਵਾਦੀ ਵਿਆਖਿਆ ਇਹ ਲੋਕ ਪਹਿਲਾਂ ਹੀ ਕਰ ਰਹੇ ਨੇ, ਨਾਨਕਸ਼ਾਹੀ ਕੈਲੰਡਰ ਤੋਂ ਲੈ ਕੇ ਹਰ ਚੀਜ਼ ਦੀ ਰਾਖੀ ਲਈ ਖਾਲਸਾ ਪੰਥ ਆਪਣੀਆਂ ਅੱਖਾਂ ਖੋਲ ਕੇ ਰੱਖੀ। ਜੀ ਬਿਲਕੁਲ ਬਿਲਕੁਲ ਵੀਰ ਜੀ। ਤੇ ਵੀਰ ਜੀ ਹੁਣ ਅਸੀਂ ਤੁਹਾਡੇ ਨਾਲ ਭਾਈ ਗੁਰਬਖਸ਼ ਸਿੰਘ ਜੀ ਦੀ ਭੁੱਖ ਹੜਤਾਲ ਵਾਲੀ ਵੀ ਗੱਲਬਾਤ ਕਰਨਾ ਚਾਹਾਂਗੇ, ਜਿਸ ਅਸੀਂ ਜਾਣਦੇ ਕਿ ਉਹ ਭੁੱਖ ਹੜਤਾਲ ਤੇ ਪਿਛਲੇ 47 ਦਿਨਾਂ ਤੋਂ ਬੈਠੇ ਨੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ। ਇਸ ਸੰਬੰਧੀ ਸੰਤ ਸਮਾਜ ਦੇ ਲੀਡਰ ਰਾਮ ਸਿੰਘ ਧੂਮਾ ਅਤੇ ਮਨਜੀਤ ਸਿੰਘ ਜੀ ਕੇ ਜਿਹੜੇ ਕਿ ਦਿੱਲੀ ਕਮੇਟੀ ਦੇ ਪ੍ਰਧਾਨ ਨੇ, ਇਸ ਸੰਬੰਧੀ ਹਰਨਾਮ ਸਿੰਘ ਧੂਮਾ ਅਤੇ ਮਨਜੀਤ ਸਿੰਘ ਜੀ ਕੇ ਹੋਮ ਮਿਨਿਸਟਰ ਰਾਜਨਾਥ ਨੂੰ ਮਿਲੇ ਨੇ ਇਸ ਸੰਬੰਧੀ। ਐਂਡ ਵਟ ਯੂ ਥਿੰਕ ਇਹਦਾ ਕੀ ਹੱਲ ਹੋਏਗਾ, ਲਾਈਕ ਡੂ ਯੂ ਥਿੰਕ ਇਹ ਸਿਰਫ ਦਿਖਾਵਾ ਹੈ ਕਿ ਸੱਚੀ ਕੁਝ ਕਰਨਾ ਚਾਹੁੰਦੇ ਨੇ? ਜਦੋਂ ਇਹਨਾਂ ਦੀ ਖਾਲਸਾ ਪੰਥ ਦੇ ਅੰਦਰੋਂ ਇੰਨੀ ਜ਼ਿਆਦਾ ਸਖਤ ਆਲੋਚਨਾ ਹੋ ਰਹੀ ਹੈ ਜਿਹੜਾ ਇਹ ਸਿੱਖੀ ਦਾ ਘਾਣ ਕਰ ਰਹੇ ਨੇ ਜੀ, ਤਾਂ ਇਹ ਜਦੋਂ ਕੱਲ ਇਕੱਠੇ ਹੋ ਕੇ ਇਸ ਜੁੜੇ ਆ ਦਿੱਲੀ ਚ, ਸੁਖਬੀਰ ਬਾਦਲ ਵੀ ਉੱਥੇ ਮੀਟਿੰਗ ਇਹਨਾਂ ਨੇ ਕੀਤੀ ਆ, ਹਾਂਜੀ, ਤਾਂ ਉੱਥੇ ਉਹ ਕਹਿੰਦੇ ਸਿੱਧਾ ਹੀ ਸੰਤਾ ਜੀ ਜਸ ਆਨੰਦਗੜ੍ਹ ਨੂੰ ਲਾਹੋ ਜਿਹੜਾ ਨਾਨਕਸ਼ਾਹੀ ਕੈਲੰਡਰ ਹੱਥ ਦਿੱਤੇ ਆ। ਹਾਂਜੀ, ਤਾਂ ਉੱਥੇ ਇਹ ਗੱਲ ਬਾਅਦ ਚ ਆਈ ਮਨ ਚ ਵੀ ਸਾਡਾ ਤਾਂ ਇਸ ਟਾਈਮ ਇੰਨਾ ਵਿਰੋਧ ਹੋ ਰਿਹਾ ਪੰਥ ਵਿੱਚ, ਜੇ ਇਸ ਟਾਈਮ ਕੈਲੰਡਰ ਦਾ ਘਾਣ ਕਰਨ ਵਾਲੀ ਗੱਲ ਪੂਰੀ ਮੰਨੀ ਤਾਂ ਉਹ ਕਹਿੰਦੇ ਫਿਰ ਕੁਛ ਗੱਲਾਂ ਲੋ ਆ ਲੋ ਜੀ ਇਹਨੂੰ ਮਿਲ ਲੈਂਦੇ।
ਸੋ ਇਹ ਜਿਹੜੀਆਂ ਗੱਲਾਂ ਕਰ ਰਹੇ ਨੇ ਸੰਵਿਧਾਨ ਦੀ ਧਾਰਾ 25 ਤੇ ਹੋਰ ਸਾਰਾ ਕੁਛ, ਇਹਨੂੰ ਉਠਾਉਣ ਦੇ ਬਹੁਤ ਸਾਰੇ ਕਾਰਨ ਨੇ। ਇੱਕ ਤਾਂ ਜਿਹੜਾ ਅਕਾਲੀ ਦਲ ਦੇ ਭਾਜਪਾ ਦੇ ਸੰਬੰਧ ਜਿਹੜੇ ਨੇ ਇਸ ਟਾਈਮ ਜਿਸ ਸਥਿਤੀ ਵਿੱਚ ਨੇ ਉਹ ਸਾਰਿਆਂ ਨੂੰ ਸਾਰੇ ਸਾਹਮਣੇ ਆ, ਉਹਦੇ ਵਿੱਚ ਵੀ ਇਹਨਾਂ ਨੂੰ ਲੋੜ ਆ ਕਿ ਹੁਣ ਇਹ ਪੰਥਕ ਬਣ ਕੇ ਦਿਖਾਉਣ। ਦੂਸਰਾ ਜਿਹੜਾ ਹੈਗਾ ਜਿਹੜਾ ਉਹਨਾਂ ਦੇ ਸਹਿਯੋਗੀ ਹੈਗੇ ਆ ਫੈਡਰੇਸ਼ਨਾਂ ਨੇ, ਸੰਤ ਸਮਾਜ ਜਾਂ ਹੋਰਾ ਬਾਦਲ ਦਲ ਦੇ ਜਿਹੜੀ ਆ ਬੀ ਟੀਮਸ ਨੇ, ਇਹਨਾਂ ਰਾਹੀਂ ਉਸ ਮੁੱਦੇ ਨੂੰ ਹੋਰ ਵੀ ਜ਼ਿਆਦਾ ਤਿੱਖੇ ਰੂਪ ਚ ਭਾਜਪਾ ਦੇ ਸਾਹਮਣੇ ਖੜਾ ਕਰਕੇ ਸਰਬੱਤਾਂ ਨੂੰ ਉਹ ਜਿਵੇਂ ਧਮਕੀ ਜੀ ਮਾਰੀ ਦੀ ਆ, ਉਵੇਂ ਡਰਾਵਾ ਜਿਹਾ ਦਿੱਤਾ ਜਾ ਰਿਹਾ ਕਿ ਨਹੀਂ ਤਾਂ ਅਸੀਂ ਪੰਥਕ ਹੋ ਜਾਵਾਂਗੇ। ਹਾਂਜੀ, ਤੇ ਇਹਦਾ ਭਾਜਪਾ ਵਾ ਜੀ ਨੇ ਮਤਲਬ ਉੱਥੇ ਇਸ ਮਾਹੌਲ ਵਿੱਚ ਇਹਨਾਂ ਨੂੰ ਲੈ ਜਾਂਦਾ ਹੈਗਾ, ਨਹੀਂ ਤਾਂ ਇਹੀ ਸਾਰੇ ਲੋਕ ਸੀਗੇ ਜਿਹਨਾਂ ਨੇ ਕਦੇ ਵੀ ਸਿੱਖੀ ਦੀ ਸਿੱਖ ਸਿਧਾਂਤਾਂ ਦੀ ਪ੍ਰਵਾਹ ਨਹੀਂ ਕੀਤੀ ਹੈਗੀ। ਹਰ ਮੁੱਦੇ ਉੱਤੇ ਸਿੱਖੀ ਦਾ ਘਾਣ ਕਰਨ ਨੂੰ ਤਿਆਰ ਨੇ। ਇੱਕ ਪਾਸੇ ਤਾਂ ਕਹਿੰਦੇ ਆ ਸੰਵਿਧਾਨ ਦੀ ਧਾਰਾ 25 ਦੀ ਸੋਧ ਕਰੋ ਕਿ ਸਿੱਖਾਂ ਦੀ ਹੋਂਦ ਆਸਤੀ ਕਾਇਮ ਰੱਖਣ ਦੀ ਲੋੜ ਆ, ਦੂਜੇ ਪਾਸੇ ਇਹੀ ਲੋਕ ਸਾਰੇ ਸਿੱਖੀ ਦੀ ਹਰ ਨਿਸ਼ਾਨੀ ਹਰ ਸਬੂਤ ਹਰ ਪ੍ਰਤੀਕ ਨੂੰ ਮਿਟੇਈ ਜਾਂਦੇ ਆ। ਬਿਲਕੁਲ, ਸੋ ਇਹ ਲੋਕ ਜਿਹੜੇ ਨੇਗੇ ਇਹ ਕਈ ਤਰ੍ਹਾਂ ਦੇ ਚਿਹਰੇ ਲੈ ਕੇ ਘੁੰਮਦੇ ਨੇ, ਹਰ ਚਿਹਰਾ ਜਿਹੜਾ ਹੈਗਾ ਜਿੱਥੇ ਸੂਤ ਮਹਿੰਦਾ ਬਿਲਕੁਲ ਵੀਰ ਜੀ। ਤੇ ਵੀਰ ਜੀ ਥੈਂਕ ਯੂ ਸੋ ਮਚ ਕਿ ਤੁਸੀਂ ਆਪਣਾ ਟਾਈਮ ਕੱਢ ਕੇ ਸਾਰੇ ਦਰਸ਼ਕਾਂ ਦੇ ਨਾਲ ਇਹਨਾਂ ਮੁੱਦਿਆਂ ਦੇ ਉੱਪਰ ਆਪਣੇ ਵਿਚਾਰ ਸਾਂਝੇ ਕੀਤੇ। ਸਾਡਾ ਵਕਤ ਹੁਣ ਬ੍ਰੇਕ ਵੱਲ ਜਾ ਰਿਹਾ, ਤੁਹਾਡੇ ਕੋਲ ਆਜ਼ਾਦ ਲੈਣ ਦਾ ਸਮਾਂ ਹੋ ਗਿਆ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਵਿਊਅਰਸ, ਇਸ ਨਾਲ ਅਸੀਂ ਤੁਹਾਡੇ ਕੋਲ ਆਜ਼ਾਦ ਲੈਂਦੇ ਹਾਂ, ਥੋੜੀ ਦੇਰ ਬਾਅਦ ਮਿਲਾਂਗੇ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀਪ ਵਾਚਿੰਗ ਨਿਊਜ਼ TV 84, ਵਿਲ ਬੀ ਰਾਈਟ ਬੈਕ ਆਫਟਰ ਸ਼ੋਰਟ ਬ੍ਰੇਕ।